ਇੱਕ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੁੱਟਮਾਰ ਅਤੇ ਆਪਸੀ ਝਗੜਾ ਹੋ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਲਵਕੁਸ਼ ਨਗਰ ਰਹਿਣ ਵਾਲੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਦੇ ਸਹੁਰੇ ਪਰਿਵਾਰ ਵੱਲੋਂ ਉਹਨਾਂ ਦੇ ਘਰ ਤੇ ਹਮਲਾ ਕੀਤਾ ਗਿਆ ਹੈ। ਪੀੜਿਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਪੀੜਿਤ ਪਰਿਵਾਰ ਨੇ ਇਸ ਦੌਰਾਨ ਗੱਲਬਾਤ ਕਰਦਿਆਂ ਪੀੜਿਤ ਪਰਿਵਾਰ ਨੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਇਲਜ਼ਾਮ ਵੀ ਲਗਾਏ ਨੇ। ਸਰ, ਮੇਰਾ ਕੇਸ ਚੱਲ ਰਿਹਾ ਡੋਰੀ ਦਾ ਕੋਰਟ ਦੇ ਵਿੱਚ। ਮੈਨੂੰ ਕਾਫੀ ਟਾਈਮ ਤੋਂ, 2 ਸਾਲ ਹੋ ਗਏ ਮੇਰੇ ਕੇਸ ਚੱਲਦੇ ਨੂੰ। ਮੈਨੂੰ ਕਾਫੀ ਟਾਈਮ ਤੋਂ ਧਮਕੀਆਂ ਆ ਰਹੀਆਂ ਸ਼ਾਮ ਲਾਲ ਵੱਲੋਂ, ਕੱਲਨ ਵੱਲੋਂ, ਔਰ ਇਹਨਾਂ ਨੇ ਕਾਫੀ ਵਾਰ ਬਦਮਾਸ਼ ਵੀ ਭੇਜੇ ਮੇਰੇ ਘਰ ਕੇਸ ਵਾਪਸ ਲੈਣ ਵਾਸਤੇ। ਔਰ ਇਹਨਾਂ ਨੇ ਕੱਲ੍ਹ ਆ ਕੇ 12 ਵਜੇ ਦੁਪਹਿਰੇ ਮੇਰੇ ਘਰ, ਅਸੀਂ ਅੰਦਰ ਬੈਠੇ ਸੀ ਸਾਰੇ ਜਣੇ, ਇਹਨਾਂ ਨੇ ਆ ਕੇ ਘਰ ਮੇਰੇ ਅੰਦਰ ਹਮਲਾ ਕਰਤਾ, ਸਾਰਿਆਂ ਨੂੰ ਮਾਰਿਆ ਕੁੱਟਿਆ। ਮੇਰੇ ਬ੍ਰਦਰ ਨੂੰ ਬਾਹਰ ਖਿੱਚ ਕੇ ਲਿਆਏ, ਮੇਰੇ ਬ੍ਰਦਰ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਉਹਨਾਂ ਨੇ। ਇਹਨਾਂ ਦੇ ਹੱਥ 'ਚ ਤੇਜ਼ ਧਾਰ ਹਥਿਆਰ ਵੀ ਸੀਗੇ ਉਹਨਾਂ ਨੇ। ਹਾਂਜੀ, ਅਸੀਂ ਪੁਲਿਸ ਨੂੰ ਕੰਪਲੇਂਟ ਦਿੱਤੀ, ਮੈਡੀਕਲ ਵੀ ਕਰਵਾਇਆ, ਪਰ ਪੁਲਿਸ ਸਾਡੀ ਸੁਣਵਾਈ ਨਹੀਂ ਕਰ ਰਹੀ ਹੈ। ਲੜਕੀ ਦੇ ਵਾਸਤੇ ਕੇਸ ਵਾਸਤੇ ਕਹਿੰਦੇ ਤੁਸੀਂ ਕੁੜੀ ਦਾ ਕੇਸ ਵਾਪਸ ਕਰੋ, ਵਾਪਸ ਕਰ ਲਓ, ਕੁੜੀ ਉਠਾ ਕੇ ਮਾਰਨੇ ਲੜਨ ਵਾਸਤੇ, ਇਸੇ ਕਰਕੇ ਆਏ ਸੀ ਭੇਜਦੇ ਇਹਨੂੰ ਉਠਾ ਕੇ। ਮੈਂ ਕਿਹਾ ਅਸੀਂ ਕਿਹੜੇ ਉਠਾ ਕੇ ਇੱਦਾਂ ਹੀ ਭੇਜ ਦਈਏ, ਮੈਂ ਕਿਹਾ ਅਸੀਂ ਵਿਆਹ ਕੀਤਾ ਕੋਈ ਇੱਦਾਂ ਹੀ ਭੇਜਿਆ ਕੁੜੀ ਕੋਈ ਕਰਕੇ, ਸਾਰਾ ਖਾ ਲਿਆ ਲੁੱਟ ਲਿਆ, ਇਹਨੇ ਸੋਨਾ ਚਾਂਦੀ ਨੇ ਸਾਰਾ ਗਾੜੀ ਸਮਾਨ ਸਭ ਦਿਆ ਹੋਇਆ, ਤੇ ਕਹਿੰਦੇ ਨਹੀਂ ਫਿਰ ਕੀ ਹੋਇਆ ਦੇਤਾ ਤੋ, ਕਹਿੰਦੇ ਅਸੀਂ ਨਹੀਂ ਕੁਛ ਦੇਣਾ ਕੁੜੀ ਨੂੰ, ਤੁਸੀਂ ਭੇਜ ਦਿਓ ਅਸੇ। ਕੱਲਨ ਜ਼ਿੰਮੇਦਾਰ ਨਾਲ ਹੀ ਰਹਿੰਦਾ ਪਿੱਛੇ ਉਹਨਾਂ ਦਾ, ਸਾਰੇ ਸਭ ਰਲੇ ਹੋਏ ਆ ਸਾਰੇ, 2 ਸਾਲ ਹੋ ਗਏ ਕਹਿੰਦੇ ਅਸੀਂ ਨਹੀਂ ਕੁਛ ਕਰਦੇ। ਦੂਜੇ ਪਾਸੇ ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦਰ ਨੇ ਦੱਸਿਆ ਕਿ ਪਰਿਵਾਰ ਦਾ ਝਗੜੇ ਦਾ ਮਾਮਲਾ ਹੈ ਜਿਸ ਤੇ ਲੜਕੀ ਵਾਲਿਆਂ ਵੱਲੋਂ ਉਹਨਾਂ ਨੂੰ ਸ਼ਿਕਾਇਤ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਕਿਸੇ ਮੈਟ੍ਰੀਮੋਨੀਅਲ ਡਿਸਪਿਊਟ 'ਚ ਡਿਵੀਜ਼ਨ ਨੰਬਰ 4 ਲਵਕੁਸ਼ ਨਗਰ ਹੈ, ਉੱਥੇ ਕੋਈ ਲੜਾਈ ਹੋਈ ਹੈ, ਉਹਦੀ ਸੀਸੀਟੀਵੀ ਫੁਟੇਜ ਜਿਹੜੀ ਮਦਈ ਪਾਰਟੀ ਹੈ, ਕੰਪਲੇਨ ਪਾਰਟੀ, ਉਹ ਲੈ ਕੇ SHO ਸਾਹਿਬ ਕੋਲ ਜਾ ਰਹੀ ਹੈ। SHO ਸਾਹਿਬ ਨੂੰ ਹਦਾਇਤ ਦਿੱਤੀ ਵੀ ਜਿਵੇਂ ਵੀ ਜੋ ਵੀ ਜਿਹਨੇ ਵੀ ਇਹਦੇ 'ਚ ਵਧੀਕੀ ਕੀਤੀ ਆ ਉਹਦੇ 'ਤੇ ਕਾਰਵਾਈ ਕਰੋ। ਲੁਧਿਆਣਾ ਤੋਂ ਜਾਗਰਤੀ ਲਹਿਰ ਦੇ ਲਈ ਸੁਰਿੰਦਰ ਅਰੋੜਾ ਸੋਨੀ ਦੀ ਰਿਪੋਰਟ।